कि वो सच आरा सच्चे मम्मी ने कहा बेटा टाइम पे पढ़ना चाहिए। अच्छा मम्मी पढ़ लूंगा। सुनिया मम्मी दे सामने टाइम सिर बैठ भी गया पढ़न वास्ते, पर ध्यान अपनी खेडा च है। एदा मतलब दिखावे दा मन रहा है, पर सच्ची मुची नहीं मन रहा। हुन मन्ने किस तरह मेरे मन की अवस्था सच सुनन तो बाद? सच ते मैं कितने साल तो सुन रहा, 500 साल तो मैं गुरुद्वारे आ रहा। सुन के मनन दे गुण दसे ने, लेकिन मनना किस तरह होना है दसन लगे। मनना सुरत होवे, आज मैं समझान लगे ने। बारह माह तुखारी च गुरु नानक साहब कहते ने, नानक वैसाखी प्रभ पावे, नानक वैसाखी प्रभ पावे, सूरत शब्द मन माना, नानक वैसाखी प्रभ पावे, नानक वैसाखी प्रभ पावे, सूरत शब्द मन माना, सूरत शब्द मन माना। ये तो गल गुरु पातशाह दी असी सुनया है कि वह सीधा जोगियों ही कहते हैं। जोगी उन्होंने पुछते हैं तेरा कौन गुरु, किसका तू चेला? गुरु साहब कहते हैं मेरा शब्द गुरु, सुरत तू चेला। अच्छा सुरत जदों फॉलो करती है, मैं सोच रहा सी मैं फॉलो करता हाँ, सुरत फॉलो करती है। सुरत तुन मैं ध्यान, कौन गुरु किसका तू चेला? सुरत चेला बनती है, शरीर चेला नहीं बनता है। इसका मतलब जो शरीरक चेले बनते हैं उनका शरीरक गुरु होता है, जो सुरत करके चेले बनते ने उन्हों का शब्द गुरु होता है। सारी दुनिया शब्द गुरु ना मन्ने तां वी सारी दुनिया नॉलेज के पिछे चलती है। कोई सड़क पर चलते ने नॉलेज लेंदे ने मैप क्या कहता है,
ਇਹਦਾ ਮਤਲਬ ਅਲਟੀਮੇਟਲੀ ਤਾਂ ਤੁਸੀਂ ਸ਼ਬਦ ਗੁਰੂ ਹੀ ਮੰਨਦੇ ਹੋ। ਯੂ ਬਿਲੀਵ ਇਨ ਨੌਲੇਜ, ਯੂ ਬਿਲੀਵ ਇਨ ਫੋਲੋਇੰਗ ਦਾ ਨੌਲੇਜ। ਅਸੀਂ ਨੌਲੇਜ ਦੀ ਗੱਲ ਕਰ ਰਿਹਾ, ਟਰੂਥਫੁੱਲ ਲਿਵਿੰਗ ਦੀ ਨੌਲੇਜ, ਅੰਦਰ ਦੇ ਬ੍ਰਹਮ ਦੇ ਗਿਆਨ ਦੀ ਨੌਲੇਜ। ਉਹ ਕੀ ਹੈ? ਜੋ ਕਹਿੰਦੇ ਹੋ ਉਹਦੇ 'ਤੇ ਟੁਰਾਂਗੇ। ਇਹਦਾ ਮਤਲਬ ਸਾਰੀ ਦੁਨੀਆ ਦਰਅਸਲ ਸ਼ਬਦ ਗੁਰੂ ਨੂੰ ਮੰਨਦੀ ਹੈ। ਦੇਹਧਾਰੀ ਗੁਰੂ ਤਾਂ ਇੱਕ ਟਕੋਸਲਾ ਹੈ, ਪਰ ਦੇਹਧਾਰੀ ਗੁਰੂ ਦੇ ਚੇਲੇ ਵੀ ਦੇਹ ਸਰੀਰਕ ਹੁੰਦੇ ਨੇ। ਜੈਸਾ ਗੁਰੂ ਵੈਸੇ ਚੇਲੇ। ਸੁਰਤ ਵਿਰਲਾ ਬਣਨ ਵਾਲੇ ਮਨ ਨੂੰ ਇਸ ਸੁਰਤ ਬਾਰੇ ਗੱਲ ਸਮਝ ਆ ਰਹੀ ਹੈ, ਉਹਨੂੰ ਅਗਲੀ ਗੱਲ ਸਮਝਾ ਰਹੇ। ਦੇਖ, ਸੁਰਤ ਠੀਕ ਕਰ ਲਵੇਂ, ਸੁਰਤ ਮਨ ਦੀ ਮਤ ਭਾਵ, ਮਨ ਕਰਕੇ ਸੁਰਤ ਕਰਕੇ ਇਹਨੂੰ ਫਿਕਸਅਪ ਕਰੋ ਤਾਂ ਮੰਨਣ ਵਾਲੀ ਫਿਲੋਸਫੀ ਪ੍ਰੈਕਟੀਕਲ ਹੋ ਜਾਂਦੀ ਹੈ। ਜੋ ਸੁਣਾ ਥਾ ਉਸਕੋ ਮਾਨਾ, ਯੈਸ ਯੈਸ, ਅੱਛਾ ਅੱਛਾ ਕਰੇਂਗੇ ਨਾ, ਹਾਂ ਠੀਕ ਹੈ, ਦਾਜ ਨਹੀਂ ਲੈਣਾ ਚਾਹੀਏ, ਸ਼ਰਾਬ ਨਹੀਂ ਪੀਣੀ ਚਾਹੀਏ, ਸੁਣਿਆ ਵੀ ਹੈ, ਮਨ ਵੀ ਲਿਆ, ਪਰ ਪ੍ਰੈਕਟੀਕਲ ਨਹੀਂ ਕੀਤਾ। ਪ੍ਰੈਕਟੀਕਲ ਕਰਨ ਵਾਸਤੇ ਹੁਣ ਸਾਰੇ ਅੰਦਰ ਦੇ ਅੰਗ ਫਿਕਸਅਪ ਕਰਨ ਲੱਗੇ ਨੇ। ਪੈ ਕੇ ਚਰਣ ਕਰ ਭਾਵ ਕੇ, ਪੈ ਕੇ ਚਰਣ ਕਰ ਭਾਵ ਕੇ, ਲੋਇਣ ਸੁਰਤ ਕਰੇ, ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀ ਹੈ, ਨਾਨਕ ਕਹਿ, ਨਾਨਕ ਕਹਿ ਸਿਆਣੀ ਹੈ, ਨਾਨਕ ਇਮ ਕੰਤ ਮਿਲਾਵਾ ਹੋਏ, ਇਮ ਕੰਤ ਮਿਲਾਵਾ ਹੋਏ, ਪੈ ਕੇ ਚਰਣ ਕਰ ਭਾਵ ਕੇ, ਪੈ ਕੇ ਚਰਣ ਕਰ ਭਾਵ ਕੇ, ਲੋਇਣ ਸੁਰਤ ਕਰੇ, ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀ ਹੈ, ਇਵ ਕੰਤ ਮਿਲਾਵਾ ਹੋਏ, ਨਾਨਕ ਕਹਿ ਸਿਆਣੀ ਹੈ, ਇਵ ਕੰਤ ਮਿਲਾਵਾ ਹੋਏ, ਪੈ ਕੇ ਚਰਣ ਕਰ ਸੂਰਤ ਕਰੇ। ਅੱਖਾਂ ਸੁਰਤੀ ਵਾਲੀਆਂ ਬਣਾ। ਸੁਰਤ ਮਤਲਬ ਅਵੇਅਰਨੈਸ, ਅੱਖਾਂ ਅੰਦਰ ਦੀਆਂ ਅਵਸਥਾ, ਚੇਤਨਤਾ, ਅਵੇਅਰਨੈਸ, ਅਲਰਟ, ਜਾਗ ਰੇ ਮਨ ਜਾਗਣ ਹਾਰੇ ਵਾਲੀਆਂ ਸੁਰਤ ਦੀਆਂ ਅੱਖਾਂ ਬਣਾ। ਪੈ ਕੇ ਚਰਨ, ਪੈ ਕੇ ਚਰਨ ਹੁੰਦਾ ਡਰ ਡਰ ਕੇ ਵਾਲੇ ਚਰਨ ਨਹੀਂ, ਇਹ ਉਹ ਗਾਣੇ ਵਾਲੇ ਚਰਨ ਨਹੀਂ, ਡਰਦੀ ਡਰਦੀ ਰੱਬ ਰੱਬ ਕਰਦੀ, ਉਹ ਵਾਲੇ ਡਰ ਨਹੀਂ ਹੈ। ਪੈ ਕੇ ਚਰਨ ਮੀਨਸ ਮੈਂ ਬੜੇ ਭਾਵ ਦੇ ਨਾਲ, ਨਿਰਮਲ ਭਾਵ, ਤੁਹਾਡੇ ਸੱਚ ਦੇ ਮਾਰਗ ਦੇ ਅਧੀਨ ਟੁਰਨ ਨੂੰ ਤਿਆਰ ਹਾਂ। ਇਹਨੂੰ ਪੈ ਕੇ ਚਰਨ ਕਰ, ਹੱਥ ਭਾਵ ਕੇ ਪਿਆਰ ਵਾਲੇ। ਜਦੋਂ ਸਾਡੇ ਪਿਆਰ ਵਾਲੇ, ਟਰੂ ਸੱਚੇ ਪਿਆਰ ਵਾਲੇ ਹੱਥ ਹੋਣ ਨਾ, ਅਸੀਂ ਕਿਸੇ ਵੀ ਇਨਸਾਨ ਨੂੰ ਟੱਚ ਕਰਾਂਗੇ ਨਾ, ਇੱਕ ਵਾਮਥ ਮਿਲੇਗੀ, ਔਰ ਇਸ ਵਾਮਥ ਦੇ ਅੰਦਰ ਵਿਕਾਰ ਬਿਲਕੁਲ ਨਹੀਂ ਹੋਏਗਾ। ਇਸ ਟੱਚ ਨੂੰ ਡਾਕਟਰ ਜਦੋਂ ਆ ਕੇ ਸਾਨੂੰ ਮਰੀਜ਼ ਨੂੰ ਟੱਚ ਕਰਦਾ, ਬੇਹੋਸ਼ ਵੀ ਹੋਵੇ ਭਾਵੇਂ ਮਰੀਜ਼ ਸੁੱਤਾ ਹੋਵੇ, ਅਨਕੌਂਸ਼ੀਅਸ ਹੋਵੇ, ਡਾਕਟਰ ਨੂੰ ਟੱਚ ਕਰਦਾ। ਇਸੇ ਟੱਚ ਨੂੰ ਜਦੋਂ ਬੱਚੇ ਨਾਲ ਮਾਂ ਟੱਚ ਕਰਦੀ ਹੈ, ਆਕਸੀਟੋਸਿਨ ਕੈਮੀਕਲ ਰਿਲੀਜ਼ ਹੁੰਦਾ। ਇਹ ਸਾਰਾ ਟੱਚ ਹੈ। ਟੱਚ ਕਰਨ ਸਾਰ ਮਰੀਜ਼ ਨੂੰ ਡਾਕਟਰ ਨੇੜੇ ਆਇਆ, ਕਾਇਆ ਕਲਪ ਹੋ ਜਾਂਦੀ ਹੈ, ਮਨ ਦੀ ਅਵਸਥਾ ਚੇਂਜ ਹੋ ਜਾਂਦੀ ਹੈ। ਸਾਰੀ ਰਾਤ ਮੈਂ ਤੜਫ ਰਿਹਾ ਸੀ, ਡਾਕਟਰ ਕਦ ਆਏਗਾ, ਡਾਕਟਰ ਅੰਦਰ ਹੀ ਆਇਆ, ਰੂਮ ਅੰਦਰ।
ਡਾਕਟਰ ਆ ਗਿਆ, ਸੁਣਨ ਸਾਰ ਕੁਛ ਮਨ ਦੀ ਅਵਸਥਾ ਹੋਰ ਹੋ ਗਈ, ਸਾਰੀ ਰਾਤ ਕਲਪਦਾ ਰਿਹਾ। ਹੁਣ ਜਦੋਂ ਡਾਕਟਰ ਨੇ ਆ ਕੇ ਮੈਨੂੰ ਟੱਚ ਕੀਤਾ, ਕੈਸੇ ਹੋ, ਕਿਆ ਹਾਲ ਹੈ, ਨਿੱਕਾ ਬੱਚਾ, ਉਸਨੂੰ ਉਹਨੇ ਫੋਕਸ ਵੀ ਨਹੀਂ, ਅੱਖਾਂ ਨਜ਼ਰ ਵੀ ਨਹੀਂ ਆਉਂਦਾ, ਮਾਂ ਆ ਕੇ ਟੱਚ ਕਰਦੀ ਹੈ। ਇਹ ਟੱਚ, ਇਸ ਟੱਚ ਦੀ ਗੱਲਾਂ ਨੂੰ ਅਸੀਂ ਕਰ ਭਾਵ ਕੇ ਕਹਿੰਦੇ ਹਾਂ, ਭਾਵ ਦੇ ਪਿਆਰ ਦੇ ਹੱਥ ਬਣਾ। ਕਿਸੇ ਦਾ ਵਿਕਾਰੀ ਹੱਥ ਟੱਚ ਕਰੇਗਾ ਨਾ, ਸਾਫ ਸਮਝ ਆ ਜਾਏਗੀ, ਔਰ ਕਿਸੇ ਦਾ ਸੱਚੇ ਭਾਵ ਦਾ ਪਿਆਰ ਦਾ ਹੱਥ ਟੱਚ ਕਰੇਗਾ, ਸਮਝ ਆ ਜਾਏਗੀ। ਉਸਨੇ ਮੁਝੇ ਹੱਥ ਕੈਸੇ ਲਗਾਇਆ, ਕੁਰੱਖਿਅਤ ਲਗਾਇਆ, ਮੇਰਾ ਤਨ ਬਦਨ ਅੰਦਰ ਸੇ ਜਲ ਗਿਆ, ਪਿਆਰ ਸੇ ਲਗਾਇਆ, ਛਾਤੀ ਸ਼ੀਤਲ ਮਨ ਸੁਖੀ। ਮਾਂ ਬੱਚੇ ਨੂੰ ਕਹਿੰਦੀ ਆ, ਆ ਬੇਟਾ ਠੰਡ ਪਾ। ਇਹ ਗਲਵੱਕੜੀ, ਇਹ ਚੱਫੀ ਕਰ ਪਾਵ ਕੇ, ਲੋਇਣ ਸੁਰਤ ਕਰੇ, ਸੁਰਤ ਦੀਆਂ ਅੱਖਾਂ। ਉਸਨੂੰ ਸਮਝ ਆ ਰਹੀ ਹੈ, ਅਗਰ ਮੈਂ ਮੰਨ ਲਵਾਂ, ਮੰਨੈ ਸੱਚ ਨੂੰ ਸੁਣ ਕੇ, ਜੇ ਮੈਂ ਪ੍ਰੈਕਟੀਕਲੀ ਮੰਨ ਲਵਾਂ, ਮੰਨਣ ਵਾਸਤੇ ਉਹਨੂੰ ਪੈ ਕੇ ਚੜ੍ਹਨ ਚਾਹੀਦੇ ਜਿਸ ਮਾਰਗ 'ਤੇ ਮੈਂ ਟੁਰਨਾ। ਮੰਨੈ ਸੁਰਤ ਹੋਵੇ ਮਨ ਬੁੱਧ, ਮਨ ਨੂੰ ਚੰਗੀ ਬੁੱਧ ਪ੍ਰਾਪਤ ਹੁੰਦੀ ਹੈ। ਸਤਿਗੁਰ ਦੀ ਮਤ ਸੁਣ ਮੰਨ ਕੇ, ਜੋ ਮਨ ਕੂੜ ਤਾਰ ਕੇ ਵਿਰਲਾ ਬਣਨਾ ਚਾਹੁੰਦਾ ਹੈ, ਉਹਦੀ ਸੁਰਤ ਮਤ ਬੁੱਧ ਘੜੀ ਜਾਂਦੀ ਹੈ। ਇਹ ਹੁਣ ਸਾਨੂੰ ਅੱਗੇ ਚੱਲ ਕੇ ਕੰਮ ਆਏਗਾ। ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਇਹ ਘੜੇ ਜਾਂਦੇ ਨੇ। ਜਦੋਂ ਸੁਰਤ ਮਤ ਮਨ ਬੁੱਧ ਘੜੇ ਜਾਣਗੇ, ਇਹਨਾਂ ਵਿੱਚ ਮਨ ਨੀਵਾਂ ਹੋ ਜਾਏਗਾ। ਜਦੋਂ ਮਨ ਨੀਵਾਂ ਹੋਏਗਾ ਤਾਂ ਸੁਰਤ ਮਤ ਬੁੱਧ ਘੜੇ ਜਾਣਗੇ। ਜੇ ਮਨ ਕਵੇ ਮੇਰੇ ਕੋਲ ਸਭ ਕੁਝ ਮਾਲੂਮ ਹੀ ਹੈ, ਜਦੋਂ ਮਨ ਦੀ ਇਹ ਵਾਲੀ ਚੰਗੀ ਅਵਸਥਾ ਬਣਦੀ ਹੈ, ਨੰਨੇ ਨੂੰ ਸਿਆਰੀ, ਮਨ ਦੇ ਨੰਨੇ ਨੂੰ ਸਿਆਰੀ, ਮਨ ਨੂੰ ਚੰਗੀ ਬੁੱਧ ਪ੍ਰਾਪਤ ਹੁੰਦੀ ਹੈ। ਕਦੋਂ? ਜਦੋਂ ਪੈ ਕੇ ਚਰਨ ਵਾਲੇ ਸੁਰਤ ਲੋਇਣ ਵਾਲੇ ਅੱਖਾਂ ਬਣਾਉਂਦਾ ਹੈ। ਜਦੋਂ ਲੋਇਣ ਸੁਰਤ ਵਾਲੀਆਂ ਅੱਖਾਂ ਬਣ ਜਾਣ, ਤਾਂ ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਵੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣਾ, ਇਹ ਸੁਰਤ ਬਣ ਜਾਂਦੀ ਹੈ। ਕਿਉਂਕਿ ਦੇਖਣ ਦੀ ਅੱਖ ਦਾ ਨਜ਼ਰੀਆ ਬਦਲ ਗਿਆ ਹੈ। ਔਰ ਕਿਸੇ ਨੂੰ ਬਾਹਰੋਂ ਬਾਹਰੋਂ ਕਹਿਣ ਨਾਲ ਨਹੀਂ, ਇਹ ਬਾਕਾਇਦਾ ਆਪਣੀ ਸੁਰਤ ਹੁੰਦੀ ਹੈ, ਇਸ ਨੂੰ ਕੋਈ ਹੋਰ ਨਹੀਂ ਜਾਣ ਸਕਦਾ। ਮੰਨਾ ਸੁਰਤ ਹੋਵੇ ਮਨ ਬੁੱਧ, ਬੁੱਧ ਵੀ ਘੜੀ ਜਾਂਦੀ ਹੈ, ਵਿਵੇਕ ਬੁੱਧੀ ਬਣ ਜਾਂਦੀ ਹੈ। ਉਹਨੂੰ ਕਹਿੰਦੇ ਨੇ ਸਿੰਪਲ ਲਿਵਿੰਗ, ਹਾਈ ਥਿੰਕਿੰਗ। ਔਰ ਹਾਈ ਥਿੰਕਿੰਗ ਵਾਲੇ ਸ਼ੋਅ ਆਫ ਵਿੱਚ ਨਹੀਂ ਪੈਂਦੇ ਨੇ, ਹਾਈ ਥਿੰਕਿੰਗ ਵਾਲੇ ਸਿੰਪਲੀਸਿਟੀ 'ਚ ਬਿਲੀਵ ਕਰਦੇ ਨੇ। ਹਾਈ ਥਿੰਕਿੰਗ ਵਾਲਿਆਂ ਨੂੰ ਸ਼ੋਅ ਆਫ ਦੇ, ਵਿਆਹ ਦੇ ਕੋਈ ਦਿਖਾਵੇ ਨਹੀਂ ਕਰਨੇ ਪੈਂਦੇ ਨੇ, ਦੁਨੀਆ ਭਰ ਦੇ ਪਾਖੰਡ ਨਹੀਂ ਕਰਨੇ ਪੈਂਦੇ ਨੇ, ਭਾਵੇਂ ਜਿਤਨਾ ਮਰਜ਼ੀ ਪੈਸਾ ਕੋਲ ਹੋਵੇ, ਉਹ ਸਿੰਪਲੀਸਿਟੀ 'ਚ ਰਹਿੰਦੇ ਨੇ। ਇਹਦਾ ਮਤਲਬ ਸਿੰਪਲੀਸਿਟੀ ਕੋਈ ਬੈਕਵਰਡਨੈਸ ਨਹੀਂ ਹੈ, ਸਾਦਗੀ। ਸਿੰਪਲੀਸਿਟੀ ਇਜ਼ ਵੈਰੀ ਵੈਰੀ ਬਿਗ ਅਵਸਥਾ, ਵੈਰੀ ਰਿਚਨੈਸ। ਉੱਚੀ ਸੁਰਤ ਹੋ ਗਈ ਹੈ, ਬੁੱਧੀ ਉੱਚੀ ਹੋ ਗਈ ਹੈ, ਨੀਵੇਂ ਮੰਦੇ ਕੰਮ ਨਹੀਂ ਕਰਦੇ ਨੇ, ਉੱਚੇ ਕੰਮ ਕਰਦੇ ਨੇ। ਆਓ ਹਮ ਕਰ ਸਾਜਨ ਆਏ, ਸੱਚ ਦੀ ਆਵੋ ਮੀਤ ਪਿਆਰੇ, ਮੰਗਲ ਗਾਹੋ ਨਾਰੇ ਦੀ ਅਵਸਥਾ ਹੁੰਦੀ ਹੈ ਸਾਦਗੀ। ਬਹੁਤ ਉੱਚੀ ਅਵਸਥਾ ਹੈ, ਮਤ ਉੱਚੀ ਹੋ ਗਈ। ਮੰਨੈ ਸਗਲ ਭਵਨ ਕੀ ਸੁਧ, ਜਿਸ ਦਿਨ ਅਸੀਂ ਸੁਣਿਆ ਦੀ ਪੌੜੀਆਂ ਪੜੀਆਂ ਸੀ, ਉਸ ਦਿਨ ਅਸੀਂ ਵਿਚਾਰ ਕੀਤੀ ਸੀ ਕਿ ਲੋਕ ਸਮਝਦੇ ਨੇ ਨੌ ਖੰਡ ਹੁੰਦੇ ਨੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਸਿੰਪਲ ਅਰਥ ਲਿਖੇ ਹੋਏ ਨੇ, ਨੌ ਖੰਡੋ ਮੈਂ ਉਸਕੋ ਸਭ ਕੋਈ ਜਾਣਤਾ ਹੋ, ਪਰ ਨੌ ਖੰਡ ਕਿਸੇ ਪੁੱਛੇ ਨਹੀਂ ਕਿਹੜੇ ਹੁੰਦੇ ਹਨ, ਧਰਤੀ ਦੇ ਕੌਣ ਸੇ ਨੌ ਖੰਡ ਹੈ। ਮੈਂ ਅਮੈਰੀਕਾ ਦੇ ਜੋਗ੍ਰਾਫੀ ਵਾਲਿਆਂ ਨੂੰ ਪੁੱਛ ਲਿਆ, ਇੰਡੀਆ ਦੇ ਜੋਗ੍ਰਾਫੀ ਵਾਲਿਆਂ ਨੂੰ ਪੁੱਛ ਲਿਆ, ਕਿੱਥੇ ਕਿਸੇ ਐਟਲਸ ਇਸ ਕਿਸੇ ਬੁੱਕ 'ਚ ਲਿਖੇ ਹੀ ਨਹੀਂ ਨੌ ਖੰਡ ਕੌਣ ਸੇ ਹੁੰਦੇ ਆ। ਦਰਅਸਲ ਗੱਲ ਮੇਰੇ ਅੰਦਰ ਦੀ ਚੱਲ ਰਹੀ ਹੈ, ਮੇਰੇ ਅੰਦਰ ਦੇ ਇਹ ਨੌ ਇੰਦਰੇ ਗਿਆਨ ਇੰਦਰੇ, ਨੌ ਖੰਡ ਮੇਰੇ, ਨੌ ਦੁਆਰੇ, ਇਹਨਾਂ ਨੂੰ ਨੌ ਖੰਡ ਕਹਿੰਦੇ ਨੇ। ਇੰਝ ਹੀ ਕਦੀ ਕੋਈ ਨਹੀਂ ਪੁੱਛਦਾ ਤੀਨ ਭਵਨ ਕੌਣ ਸੇ ਹੈ, ਬਤਾਓ ਤੁਸੀਂ ਤੀਨ ਭਵਨ ਕੌਣ ਸੇ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਮੰਨੈ ਸਗਲ ਭਵਨ ਕੀ ਸੁਧ। ਅੱਛਾ, ਹੁਣ ਤੀਨ ਭਵਨ ਕੀ ਕਹਾਣੀ ਖਤਮ ਹੋ ਗਈ ਨਾ। ਅਬ ਤੋਂ ਤੀਨ ਔਰ ਸਗਲ, ਸਗਲ ਹੁੰਦਾ ਢੇਰ ਸਾਰੇ, ਫਿਰ ਪਤਾ ਲੱਗੇਗਾ ਤੀਨ ਭਵਨ ਬਾਹਰ ਕੀ ਕੋਈ ਧਰਤੀ ਕੀ ਬਾਤ ਨਹੀਂ ਚੱਲ ਰਹੀ ਹੈ। ਸੁਰਗ ਮੱਛ ਪਿਆਲ, ਇਹ ਕੋਈ ਇਸ ਯੂਨੀਵਰਸ ਮੇਂ ਸਿਰਫ ਯੇ ਧਰਤੀ ਔਰ ਪਾਤਾਲ ਔਰ ਆਕਾਸ਼ ਕੀ ਬਾਤ ਨਹੀਂ ਚੱਲ ਰਹੀ ਹੈ।
मेरे अंदर की बात चल रही है, मेरे रजो तमो सतो जिहड़े तीन रोग मैनू सतांदे ने, मेरे तीन भवन ने, इन्हां दे बारे सोझी हो जाना, तीजा नेत्र खुल जाना, सिक्स्थ सेंस। मन्ने सगल भवन की सुध, जीवन जुगत पुस्तक। उहदे विच असीं समझ चुके हां गुरमत अनुसार नौ निद्दां किसनूं कहिंदे ने, पहले लोग की समझते सी वह नौ निद्दा कि इन्हों किस तरह अटेंड करके अटेन करके दुनिया को दिखावा करते सी। उस पुस्तक ही जीवन जुगत विच असी समझण दा जतन किया। गुरमत अनुसार नौ खंड खेड़े होंदे ने, ए मेरे इंद्रिय ज्ञान इंद्रिया दे खजाने नू निद नू समझना। हुण सगल भवन की सुध की है, काया बहु खंड खोजते, काया बहु खंड खोजते, नाम निद पाई, नाम निद पाई, काया वो खंड खोजते, नाम नित पाई, नाम नित पाई, ना किच आए बो, ना किच जाए बो, जो ब्रह्मंडे सोई पिंडे, जो खोजे सो पावे, पीपा प्रण है परम तत् है, सतगुर होए लखावे, सतगुर हो ना किच आए बो, ना किच जाए बो, ना राम की दुहाई, राम की दुहाई। शब्द दाई रहा हुआ है, काया बोखंड खोजते। इस काया मन दी बनाई हुई काया दे खंड खोजने ने। यह जिहड़ी मेरी बॉडी है ना, इहदे अनेका छिद्र हन, एक 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 रोम मोरिया ने, उत्थों असी श्वास लैंदे हाँ, हर छिद्र तो श्वास लैंदे हाँ। कदी सारी बॉडी उत्ते पेंट थप दिओ, जिवें कदी ਭੀਖ ਮੰਗਣ ਵਾਲੇ ਸਾਰਾ ਪੇਂਟ ਲਗਾ ਲੈਂਦੇ ਨੇ, ਉਹਦੇ ਨਾਲ ਸਵਾਸ ਸਾਡੀ ਬੋਡੀ ਨੂੰ ਨਹੀਂ ਮਿਲਦੇ ਨੇ, ਆਸਤਾ ਆਸਤਾ ਡੈਥ ਹੋ ਜਾਂਦੀ ਹੈ। ਇਹ ਰੋਮ ਰੋਮ ਸਵਾਸ ਲੈਂਦਾ, ਤਾਂ ਮੇਰਾ ਇੱਕ ਇੱਕ ਰੋਮ ਨਾ ਮੇਰੇ ਖੰਡ ਨੇ। ਖੰਡ 'ਚੋਂ ਜੋ ਜੋ ਮੇਰਾ ਥੋਟ ਪ੍ਰੋਸੈਸ ਮੈਨੂੰ ਬਾਹਰੋਂ ਮੈਂ ਬੋਰੋ ਕਰਦਾ, ਇਹਨੂੰ ਦੁਆਰਕਾ ਨਗਰੀ ਕਹਿੰਦੇ ਨੇ। ਦੁਆਰਕਾ ਦੁਆਰ, ਇੱਕ ਇੱਕ ਛਿੱਦਰ ਦੁਆਰ ਹੈ, इसमें से जहाँ जहाँ से मैसेजेस आते हैं मुझको, स्पर्श से, टच से, यह द्वारका नगरी है। पर जे मैं वो फील ना करा और समझन दा जतन ना करा, ता काहे के मगोल हो जाएगा, फिर मैनू या तो जम सतानगे। जे मैं समझ जावा हल्ले आरा खुशखबरी वाली मत नू लै लवा, ता फिर विकार मैनू नहीं सतानगे। इंज मैं अपने एक 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 ख्याल नू समझन दा जतन करा। गुरमत अनुसार खंड वरपंड ब्रह्मांड की होता है। सात संगत जी, मान लिया ये दिल्ली है,
दिल्ली में एक विकासपुरी है, एक जनकपुरी है, एक दिल्ली में तिलक नगर है, एक दिल्ली में फतेह नगर है, एक दिल्ली में रजौरी गार्डन है, दिल्ली के अंदर राजा गार्डन है, दिल्ली के अंदर रमेश नगर है, दिल्ली के अंदर कनॉट प्लेस है। ऐसे सारे छोटे 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 खंड हैं। इन खंडा दे नाल मिलके जिहड़ी एक दिल्ली बनी, इनू वार पंड कहिंदे ने। वार पंड, ववा रारा पब्बा डड्डा, वार पंड, छोटे छोटे खंड मिलके वार पंड बनता है। और दिल्ली के साथ कानपुर को मिलाओ, दिल्ली के साथ आप यूपी को मिलाओ, या दिल्ली के साथ आप बिहार को मिलाओ, दिल्ली के साथ आप महाराष्ट्र को मिलाओ, ये सारे वर पांड को इकट्ठा कर करके ब्रह्मांड बनता है। एंज मेरे अंदर छोटे छोटे खंड हैं, मेरे ख्याल हैं, मेरे ख्यालों नाल मिलके फिर मैं कोई एक एक्शन करता हाँ, वो मेरा वर पांड होता है, फिर मेरा ब्रह्मांड होता है, फिर मैं वैसा करैक्टर ही बन जाता हाँ। एक गुरमत दे खंड वर पांड ने सासंगत इन्हें बाणी जदों असी पढ़ते हैं ऐसे शब्द सामने आते हैं, काया बौखंड जपजी साहब नहीं पूरा होएगा। सगल पवन की सुध एक एक ख्याल के बारे अचेतनता आनी, अचेतनता तो हुन सुरत मिल रही है। मन्ने सगल सारे पवन की सुध, कदों काया बौखंड खोजते नव निध पाई, एना दे सारे हुन नौ दा भी चक्कर नहीं रहा। नाव डज नॉट मीन नाइन, नाइन सारी निध खजाना मैनू समझ आना शुरू होया। जिस जल निध कारण तुम जग आए सो अमृत गुर पाही जीव, मैं इस खजाने नू समझन आया सी। मेरे राम हो सो थान पालन आया, मैं लभन आया है वाली जिथे तुसी वसदे हो वो, और यह खजाना समझ आ जाए। नौ द्वारे प्रगट किए, दसवां गुप्त रखाया, मेरा नू समझा दो ना प्लीज। काया बौखंड खोजते नव निध पाई, पता लगा मन सतगुर की मत लैके मर जी हो गया सी। ना गिचाए वो, ना गिचाए वो, तुम किसको बोलते हो कौन मर गया? लोकी हम जब मर जाते हैं, पैदा हुए तो आत्मा आई थी, और जब मर जाते हैं आत्मा चली जाती है। गुरु पातशाह कहते हैं कोई चक्कर ही नहीं है, मन तेरा मन इतने कुड़ियार बन के ये उत्ते बैठ गया। इस मन को सतगुर के अंदर मर्ज कर दे, सतगुर की जिसनों मत आवे उस सतगुर माए समाना मर्ज कर दे, मन आपे खत्म हो गया। ना कि चाहे वो, ना कि चाहे वो, यदा मतलब रब जी मैं कूड़ मंदे ख्याल दे के पैदा करते ही नहीं हैं। मन ने मंदे ख्याल पैदा किए सन, मन लैके आया सी, मन लैके चला गया, खत्म हो गया। राम की दुहाई रहाओ, जो ब्रह्मंडे जो बाहर है सोई पिंडे, जो खोज है जो इसनू खोजद सो पावै। पीपा प्रणवै परम तत् है, सतगुर होए लखावै। सतगुर की मत दे नाल अंदर दे रब जी का ब्रह्मांड का ब्रह्म रब जी देखण नू समझ आ जाते हैं। मैं सतगुर जी नू कहा सी मेरा कार्य कर दिओ, मेरा डर दूर कर दिओ। डर तां सी क्योंकि मैं तुहानू दूर समझदा सी, उहनू असी पहले दिन भी पढ़िया सी। डर डर मरते जब जानी है दूर, डर डर जब जानी है दूर, डर चुका दे क्या भरपूर, डर चुका। मैं डरदा मरदा सी, तुहानू दूर समझदा सी, तुसी मेरे नेड़े हो, डर चला गया, मेरा डर दूर कर दो। मेरा एक कारज अज दा कीता लोड़ी है काम, मैं काम ये चाहता हूँ मेरा कर दो। कारज दे सवार कीता लोड़ी है काम, सो हर पै आखी है कारज दे सवार, मेरा कारज सवार देने। इस शब्द च व्याह दा कारज सवारन की गल नहीं चल रही जो असी पढ़ते हैं। इस शब्द च कारज दे सवार सतगुर सच साखी है, सतगुर सच्ची साखी सुनांदा है, सच की मत दे के सच्ची साखी सुनांदा सतगुर। संत संग निदान अमृत चाखी है, जदों सतगुर की मत सुन मन के जींदे आ, पै डर फियर भंजन कट देंदे ने। यही शब्द की जिस्ट है, पै भंजन मेरवान दास की राखी है। मनु रब जी दिखा दिते ना, नानक हर गुण गाए अलख, जो दिखता नहीं था दिखा दिया, नेड़ा है दूर ना ही रहे, समझा दिता मैनू।
ਸਮਝਾਇਆ ਨਾ, ਦੂਰ ਨਹੀਂ ਹੈ। ਦੂਰ ਸਮਝਦਾ ਸੀ, ਮੈਂ ਡਰਦਾ ਸੀ। ਅਲੱਖ ਜੋ ਦਿਖਤਾ ਨਹੀਂ ਹੈ, ਪ੍ਰਭ ਲੱਖ ਹੀ ਹੈ। ਜੋ ਪ੍ਰਭੂ ਦਿਖਤਾ ਨਹੀਂ ਥਾ, ਦਿਖਾ ਦਿਆ। ਮੈਂ ਨਹੀਂ ਦਿਖਾ ਸਕਦਾ, ਜਿਹੜੇ ਦੇਹਧਾਰੀ ਗੁਰੂ ਹੈ ਦੇਖੋ, ਇਹ ਨਾ ਇਸਮੇ ਨਾ ਭਗਵਾਨ ਨਜ਼ਰ ਆ ਰਿਹਾ ਨਾ, ਇੰਝ ਕਰਦੇ ਨਾ ਸਾਧ ਸੰਗਤ, ਮੈਂ ਨਹੀਂ ਦਿਖਾ ਸਕਦਾ। ਮੈਂ ਤਾਂ ਉਹਨੇ ਦੇਖਣ ਦਾ ਯਤਨ ਕਰ ਰਿਹਾ ਸਤਿਗੁਰ ਦੀ ਮੱਤ ਨੂੰ ਲੈ ਕੇ। ਹਰ ਜਨ ਦੇਖਾ ਸਤਿਗੁਰ ਨੈਣੀ, ਸਤਿਗੁਰ ਦੀ ਮੱਤ ਦੇ ਸੁਰਤ ਵਾਲੇ ਲੋਹੇ ਲੈਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਨਹੀਂ ਕੋਈ ਵਿਚੋਲੇ ਵਿਚੋਲੇ, ਸਾਡੇ ਪਿੱਛੇ ਨਾ ਲੱਗ ਜਾਣਾ, ਬਾਣੀ ਪਿੱਛੇ ਲੱਗਣਾ। ਸਗਲ ਪਾਉਣ ਕੀ ਸੁੱਧ, ਅਵੇਅਰਨੈਸ ਆ ਜਾਂਦੀ ਹੈ, ਸਮਝ ਆ ਜਾਂਦੀ ਹੈ। ਇੱਕ ਤਾਂ ਯੋਗਾ ਵਾਲਿਆਂ ਨੂੰ ਆਉਂਦੀ ਹੈ, ਜਿਹੜਾ ਯੋਗਾ ਕਰਦਾ ਆਪਣੀ ਸਿਹਤ ਨੂੰ ਠੀਕ ਰੱਖਦਾ, ਮੁਬਾਰਕ ਹੈ। ਜਿਹਦੀ ਸਿਹਤ ਠੀਕ ਹੈ ਉਹਨੂੰ ਬਿਮਾਰੀ ਕੋਈ ਨਹੀਂ ਹੈ, ਖਾਂਦਾ ਪੀਂਦਾ ਢੰਗਦਾ, ਸੌਂਦਾ ਢੰਗਦਾ, ਔਰ ਉਸਨੂੰ ਦਵਾਈ ਕੋਈ ਨਹੀਂ ਖਾਣੀ ਪੈਂਦੀ। ਦੈਟ ਡਜ਼ ਨੋਟ ਮੀਨ ਮਨ ਸਾਫ ਹੈ। ਮਨ ਜਦੋਂ ਤੱਕ ਸਾਫ਼ ਨਹੀਂ ਹੋਏਗਾ, ਸਾਰੇ ਅੰਗਾਂ ਦੀ ਸੋਜੀ ਲੈ ਵੀ ਲਈ ਸੋ ਵੱਟ। ਦਰਅਸਲ ਮਨ ਨੂੰ ਸਾਫ਼ ਕਰ ਲੈ, ਇਹ ਸਗਲ ਪਾਉਣ ਕੇ ਸ਼ੁੱਧ ਹੋ ਜਾਏਗਾ ਨਾ ਤੇਰਾ, ਤਾਂ ਤੂੰ ਅਵੇਅਰਨੈਸ ਨਾਲ ਜੀ ਸਕੇਗਾ। ਸਤਿਗੁਰ ਦੀ ਮੱਤ ਸੁਣ ਮੰਨ ਕੇ ਕਬੀਲਾ ਬਣਨ ਵਾਲੇ ਮਨ ਨੂੰ ਵਿਵੇਕ ਬੁੱਧੀ ਦਾ ਸਦਕਾ ਸਾਰੇ ਅੰਗਾਂ ਬਾਰੇ ਭਾਵ, ਜਿਹੜੇ ਦਿਸਦੇ ਅੰਗ ਨਹੀਂ ਹਨ, ਸੁਰਤ, ਮੱਤ, ਮਨ, ਬੁੱਧ, ਇਹਨਾਂ ਬਾਰੇ ਸੋਝੀ ਹੋ ਜਾਂਦੀ ਹੈ। ਹਰੇਕ ਮੰਦੇ ਖਿਆਲ ਬਾਰੇ ਉਹਨੂੰ ਅਵੇਅਰਨੈਸ ਆ ਜਾਂਦੀ ਹੈ, ਅਤੇ ਚੰਗੇ ਖਿਆਲਾਂ ਬਾਰੇ ਅਵੇਅਰਨੈਸ ਲਿਆ ਕੇ ਉਹ ਉਹਨਾਂ 'ਤੇ ਜੀਂਦਾ ਹੈ ਦ੍ਰਿੜਤਾ ਨਾਲ। ਮੰਨੇ ਮੂੰਹ ਚੋਟਾਂ ਨਾ ਖਾਏ, ਸੇ ਮੁਕਤ, ਸੇ ਮੁਕਤ ਭਏ। ਜਿਨ੍ਹਾਂ ਤਾਇਆ ਜੀ ਤਿੰਨ ਟੁੱਟੀ ਜੰਮ ਕੀ ਫਾਸੀ। ਜੰਮ ਦਾ ਠੇਂਗਾ ਪੈਂਦਾ ਹੈ ਮੂੰਹ 'ਤੇ ਰੋਸ ਵਿਕਾਰਾਂ ਦਾ। ਨਰੂ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕੋ ਕਬੀਰ ਤਬ ਹੀ ਨਰ ਜਾਗੈ, ਕਬ ਜਾਗਤਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਕਦੋਂ ਜਮ ਕਾ ਡੰਡ ਮੂੰਡ ਮੈਂ ਲੱਗ ਗਿਆ, ਮਰਨੇ ਕੇ ਬਾਅਦ ਮੇਰੇ ਕੋਲ ਜੰਮ ਮਾਰੇਗਾ, ਮੇਰਾ ਮੂੰਹ ਹੋਏਗਾ ਹੀ ਨਹੀਂ, ਮੇਰਾ ਸਾਰੀ ਬਾਡੀ ਨਹੀਂ ਹੋਏਗੀ। ਜੀਤੇ ਜੀ ਮੇਰੇ ਮਨ ਦੇ ਖਿਆਲਾਂ ਉੱਤੇ ਵਿਕਾਰਾਂ ਦਾ ਜਦੋਂ ਡੰਡਾ ਪੈਂਦਾ ਹੈ, ਮੈਨੂੰ ਖੁਦ ਨਾਲ ਖੁਆਰ ਹੁੰਦਾ। ਤਾਂ ਹੀ ਵਗੈਰ ਹੈ, ਕੂੜ ਦੂਰ ਕਰੋ, ਰੋਗ ਦੂਰ ਕਰੋ। ਜੋ ਵਿਕਾਰਾਂ ਤੋਂ ਸੱਤਿਆ ਨਹੀਂ ਨਾ, ਜਿਹੜਾ ਵਿਕਾਰਾਂ ਤੋਂ ਦੁਖੀ ਨਹੀਂ ਹੋਇਆ, ਉਹਦਾ ਆਪ ਹਮ ਚੱਲੀ ਠਾਕੁਰ ਨਹੀਂ ਸ਼ੁਰੂ ਹੋਏਗਾ, ਆਪ ਵੀ ਨਹੀਂ ਸ਼ੁਰੂ ਹੋਏਗਾ, ਅਤੇ ਜਬ ਹਮ ਸ਼ਰਨ ਪ੍ਰਭੂ ਕੀ ਤਾਂ ਹੋਏਗੀ ਨਹੀਂ। ਜਪ ਦੀ ਅਵਸਥਾ ਆਉਣ ਵਾਸਤੇ ਅੱਬ ਚਾਹੀਦਾ ਹੈ।